ਹਾਂਜੀ, ਕਿੱਦਾਂ? ਸਤਿ ਸ਼੍ਰੀ ਅਕਾਲ ਜੀ, ਵੈਲਕਮ ਟੂ ਨਪਿੰਦਰ ਬਿਰਦੀ ਬਲੌਗਸ। ਸੋ ਅੱਜ ਵਾਲਾ ਬਲੌਗ ਇੱਕ ਇਨਫੋਰਮੇਸ਼ਨ ਵਾਲਾ ਬਲੌਗ, ਜੋ ਸਟੱਡੀ ਆਪਣੀ ਕੰਪਲੀਟ ਹੋ ਜਾਂਦੀ ਆ, ਵਰਕ ਪਰਮਿਟ ਆਪਾਂ ਅਪਲਾਈ ਕਰ ਦਿੰਦੇ ਹਾਂ, ਉਸ ਤੋਂ ਬਾਅਦ ਕਿਹੜੇ ਕਿਹੜੇ ਆਪਾਂ ਜਿਹੜੇ ਇੰਪੋਰਟੈਂਟ ਕੰਮ ਕਰਨੇ ਹੁੰਦੇ ਆ ਵਰਕ ਪਰਮਿਟ ਅਪਲਾਈ ਕਰੇ ਤੋਂ ਜਾਂ ਵਰਕ ਪਰਮਿਟ ਆਏ ਤੋਂ, ਉਹਦੇ ਬਾਰੇ ਡਿਟੇਲਡ ਵੀਡੀਓ ਆ। ਮੈਂ ਕਦੇ ਚੱਲਦੇ ਫਿਰਦੇ ਨੇ ਬਲੌਗ ਨਹੀਂ ਬਣਾਇਆ, ਮੈਂ ਸੋਚਿਆ ਅੱਜ ਮੈਂ ਇੱਕ ਵਧੀਆ ਲੋਕੇਸ਼ਨ 'ਤੇ ਸੀਗਾ, ਮੈਂ ਕਿਹਾ ਚੱਲਦੇ ਫਿਰਦੇ ਬਲੌਗ ਬਣਾਈਏ, ਅਤੇ ਆ ਜਾਓ ਫਿਰ ਆ ਸ਼ੁਰੂ ਕਰਦੇ ਹਾਂ ਬਲੌਗ। ਹਾਂਜੀ, ਸੋ ਜਿਹੜਾ ਸਭ ਤੋਂ ਪਹਿਲਾਂ ਅਤੇ ਮੇਨ ਇੰਪੋਰਟੈਂਟ ਕੰਮ ਹੁੰਦਾ, ਜਦੋਂ ਤੁਸੀਂ ਆਪਣਾ ਤੁਹਾਡਾ ਵਰਕ ਪਰਮਿਟ ਆ ਜਾਂਦਾ ਤਾਂ ਤੁਸੀਂ ਆਪਣਾ ਪਾਸਪੋਰਟ ਸਟੈਂਪ ਕਰਾਉਣਾ ਹੁੰਦਾ, ਕਿਉਂਕਿ ਆਪਣਾ ਪਾਸਪੋਰਟ ਜਿਹੜਾ ਸਟੈਂਪ ਹੋਇਆ ਵਾ ਹੁੰਦਾ ਉਹ ਉਦੋਂ ਤੱਕ ਹੀ ਹੁੰਦਾ ਜਦੋਂ ਤੱਕ ਆਪਣੀ ਸਟੱਡੀ ਹੁੰਦੀ ਆ ਜਾਂ ਉਦੋਂ 4 ਮਹੀਨੇ ਵੱਧ ਦੀ ਡੇਟ ਹੁੰਦੀ ਆ ਉਹਦੇ 'ਤੇ। ਸੋ ਪਾਸਪੋਰਟ ਸਟੈਂਪ ਕਰਾਉਣਾ ਇੱਕ ਬਹੁਤ ਜ਼ਰੂਰੀ ਚੀਜ਼ ਹੈ ਮੈਂ ਕਹੂੰਗਾ, ਕਿਉਂਕਿ ਜਦੋਂ ਤੁਸੀਂ ਇੰਡੀਆ ਜਾਣਾ ਹੈ ਜਾਂ ਕੈਨੇਡਾ ਤੋਂ ਕਿਤੇ ਬਾਹਰ ਜਾਣਾ ਹੈ ਤਾਂ ਤੁਹਾਡਾ ਪਾਸਪੋਰਟ ਸਟੈਂਪ ਹੋਇਆ ਵਾ ਬਹੁਤ ਜ਼ਰੂਰੀ ਹੈ। ਇਨਕੇਸ ਤੁਹਾਨੂੰ ਐਮਰਜੈਂਸੀ ਕਿਤੇ ਜਾਣਾ ਪੈ ਜਾਵੇ ਤਾਂ ਤੁਹਾਡਾ ਤੁਸੀਂ ਨਹੀਂ ਜਾ ਸਕਦੇ ਅਗਰ ਤੁਹਾਡਾ ਪਾਸਪੋਰਟ ਸਟੈਂਪ ਨਹੀਂ ਹੋਇਆ ਵਾ ਹੈਗਾ। ਅਤੇ ਇਹਦੇ ਲਈ ਜਦੋਂ ਤੁਹਾਡਾ ਵਰਕ ਪਰਮਿਟ ਆ ਜਾਂਦਾ ਤੁਸੀਂ TRV ਅਪਲਾਈ ਕਰਨੀ ਹੁੰਦੀ ਆ, ਉਹਦੇ 'ਤੇ ਮੈਂ ਇੱਕ ਅਲੱਗ ਤੋਂ ਵੀਡੀਓ ਬਣਾ ਦੂੰਗਾ, ਤਾਂ ਜਿਵੇਂ ਕਿਵੇਂ ਆਪਣਾ TRV ਅਪਲਾਈ ਕਰਨੀ ਆ ਅਤੇ ਕਿਵੇਂ ਆਪਣਾ ਪਾਸਪੋਰਟ ਤੁਸੀਂ ਭੇਜਣਾ ਜਿੱਥੇ ਸਟੈਂਪ ਹੋਣਾ, ਉਹ ਇੱਕ ਅਲੱਗ ਤੋਂ ਬਲੌਗ ਮੈਂ ਬਣਾ ਦੂੰਗਾ। ਅਤੇ ਇਹ ਆਪਣਾ ਸਭ ਤੋਂ ਪਹਿਲਾਂ ਤੁਸੀਂ ਆਪਣਾ ਪਾਸਪੋਰਟ ਸਟੈਂਪ ਕਰਾਉਣਾ ਹੁੰਦਾ। ਅਤੇ ਜਦੋਂ ਤੁਹਾਡਾ ਵਰਕ ਪਰਮਿਟ ਆ ਜਾਂਦਾ, ਜਿਹੜਾ ਦੂਜਾ ਮੇਨ ਕੰਮ ਆ, ਜਿਹੜਾ ਮੈਨੂੰ ਲੱਗਦਾ ਜ਼ਿਆਦਾ ਮੇਨ ਕੰਮ ਹੈਗਾ, ਤੁਸੀਂ ਆਪਣਾ ਹੈਲਥ ਕਾਰਡ ਅਪਲਾਈ ਕਰਨਾ ਹੁੰਦਾ, ਕਿਉਂਕਿ ਜਿਹੜਾ ਤੁਹਾਡਾ ਇੰਸ਼ੋਰੈਂਸ ਹੁੰਦੀ ਆ, ਤੁਹਾਡੀ ਹੈਲਥ ਇੰਸ਼ੋਰੈਂਸ ਹੁੰਦੀ ਆ, ਉਹ ਜਦੋਂ ਤੱਕ ਤੁਸੀਂ ਕਾਲਜ ਦੇ ਸਟੂਡੈਂਟ ਆ ਉਦੋਂ ਤੱਕ ਹੀ ਆ। ਉਸ ਤੋਂ ਬਾਅਦ ਜਦੋਂ ਤੁਸੀਂ ਵਰਕ ਪਰਮਿਟ 'ਤੇ ਆ ਜਾਂਦੇ ਆ ਤਾਂ ਤੁਸੀਂ ਆਪਣਾ ਹੈਲਥ ਕਾਰਡ ਅਪਲਾਈ ਕਰਨਾ ਹੁੰਦਾ, ਜਿਹੜੀ ਪ੍ਰੋਵਿੰਸ 'ਚ ਤੁਸੀਂ ਹੈਗੇ ਆ ਉਸ ਪ੍ਰੋਵਿੰਸ ਦੇ ਤੁਸੀਂ ਜਾ ਕੇ ਉੱਥੇ ਸਰਵਿਸ ਕੈਨੇਡਾ ਆ, ਜਿਵੇਂ ਇੱਥੇ ਸਰਵਿਸ ਓਨਟਾਰੀਓ ਆ, ਓਨਟਾਰੀਓ ਦੀ ਅਗਰ ਮੈਂ ਗੱਲ ਕਰਾਂ ਤਾਂ ਤੁਸੀਂ ਅਪਲਾਈ ਕਰ ਸਕਦੇ ਆ। ਉੱਥੇ ਤੁਸੀਂ ਆਪਣਾ ਵਰਕ ਪਰਮਿਟ ਜਿਹੜਾ ਤੁਹਾਨੂੰ ਮਿਲਦਾ ਬਰਾਊਨ ਪੇਪਰ, ਉਹ ਨਾਲ ਲੈ ਕੇ ਜਾਣਾ, ਜਾਂ ਇੱਥੇ ਕੋਈ ਕੈਨੇਡਾ ਦੀ ID, ਉਦੋਂ ਬਿਨਾਂ ਉਹ ਅਪਲਾਈ ਨਹੀਂ ਕਰਦੇ। ਅਤੇ ਜਿਹੜਾ ਮੇਨ, ਇਸ ਤੋਂ ਬਾਅਦ ਇੱਕ ਹੋਰ ਇੰਪੋਰਟੈਂਟ ਕੰਮ 3rd ਨੰਬਰ 'ਤੇ ਜੇ ਮੈਂ ਕਹਾਂ ਤਾਂ ਉਹ ਹੈਗਾ ਤੁਸੀਂ ਆਪਣਾ ਸਿਨ ਨੰਬਰ ਅਪਡੇਟ ਕਰਵਾਉਣਾ ਹੁੰਦਾ। ਸਿਨ ਨੰਬਰ ਅਪਡੇਟ ਕਰਵਾਉਣ ਦਾ ਮਤਲਬ ਸਿਨ ਨੰਬਰ ਸੇਮ ਰਹਿੰਦਾ, ਉਹ ਤੁਸੀਂ ਜਦੋਂ ਤੱਕ ਕੈਨੇਡਾ 'ਚ ਆ ਤੁਹਾਡਾ ਸੇਮ ਰਹੂਗਾ, ਤੁਸੀਂ ਸਿਰਫ ਉਸ ਦੀ ਡੇਟ ਚੇਂਜ ਕਰਵਾਉਣੀ ਹੁੰਦੀ ਆ। ਜਿਵੇਂ ਹੁਣ ਮੈਂ ਪਹਿਲਾਂ 1 ਸਾਲ ਦਾ ਕੋਰਸ ਲਿਆ ਸੀਗਾ ਤਾਂ ਜਦੋਂ ਤੱਕ ਮੇਰੇ ਸਟੱਡੀ ਪਰਮਿਟ ਦੀ ਡੇਟ ਸੀਗੀ ਉਦੋਂ ਤੱਕ ਸਿਨ ਨੰਬਰ ਦੀ ਡੇਟ ਸੀਗੀ, ਸਿਨ ਨੰਬਰ 'ਚ ਉਦੋਂ ਤੱਕ ਸੀਗਾ। ਅਤੇ ਉਸ ਤੋਂ ਬਾਅਦ ਫਿਰ ਮੈਂ ਆਪਣਾ ਸਟੱਡੀ ਪਰਮਿਟ ਐਕਸਟੈਂਡ ਕਰਾਇਆ, ਮੈਂ ਫਿਰ ਤੋਂ ਸਿਨ ਨੰਬਰ ਦੀ ਡੇਟ ਵੀ ਅਪਡੇਟ ਕਰਵਾਈ, ਤਾਂ ਹੁਣ ਜਿਵੇਂ ਮੇਰਾ ਵਰਕ ਪਰਮਿਟ ਆਇਆ ਤਾਂ ਮੈਂ ਫਿਰ ਤੋਂ ਸਿਨ ਨੰਬਰ ਆਪਣਾ ਡੇਟ ਅਪਡੇਟ ਕਰਵਾਈ ਆ ਉਹਦੀ। ਜਦੋਂ ਤੱਕ ਤੁਹਾਡਾ ਵਰਕ ਪਰਮਿਟ ਆ ਉਦੋਂ ਤੱਕ ਤੁਹਾਨੂੰ ਸਿਨ ਨੰਬਰ ਦੀ ਜਿਹੜੀ ਤੁਹਾਡੀ ਡੇਟ ਆ ਉਹ ਮਿਲ ਜਾਂਦੀ ਆ, ਕਿਉਂਕਿ ਅਗਰ ਤੁਸੀਂ ਕਿਤੇ ਵਧੀਆ ਜਗ੍ਹਾ ਕੰਮ ਕਰਦੇ ਆ ਉਹਨਾਂ ਨੂੰ ਪਤਾ ਵੀ ਤੁਹਾਡਾ ਸਿਨ ਨੰਬਰ ਇਸ ਡੇਟ ਨੂੰ ਐਕਸਪਾਇਰ ਹੋ ਰਿਹਾ ਤਾਂ ਉਹ ਤੁਹਾਨੂੰ ਕਹਿਣ ਲੱਗ ਜਾਂਦੇ ਆ ਵੀ ਤੁਸੀਂ ਸਾਨੂੰ ਆਪਣਾ ਨਵਾਂ ਸਿਨ ਨੰਬਰ ਪ੍ਰੋਵਾਈਡ ਕਰੋ। ਰਹਿੰਦਾ ਸੇਮ ਹੀ ਆ, ਬਸ ਉਹਨਾਂ ਨੇ ਡੇਟ ਦਾ ਜੋ ਇਸ਼ੂ ਹੁੰਦਾ ਉਹ ਕਲੀਅਰ ਕਰਨਾ ਹੁੰਦਾ। ਤਾਂ ਉਸ ਤੋਂ ਬਾਅਦ ਮੇਨ ਕੰਮ ਸਾਰੇ PR ਹੋਣ ਆਉਂਦੇ ਆ, ਇੱਕ ਵਧੀਆ ਜੇ ਲੋਇਰ ਨਾਲ ਕੰਸਲਟ ਕਰੋ। ਇਹ ਗੱਲ ਮੇਰੀ ਨਾ ਧਿਆਨ ਨਾਲ ਸੁਣਿਓ, ਲੋਇਰ ਨਾਲ ਕੰਸਲਟ ਕਰਨ ਤੋਂ ਪਹਿਲਾਂ ਤੁਸੀਂ ਆਪਣੀ ਪ੍ਰੋਫਾਈਲ ਖੁਦ ਚੈੱਕ ਕਰਨੀ ਆ। ਤੁਹਾਡੀ ਪ੍ਰੋਫਾਈਲ ਤੁਹਾਨੂੰ ਪਤਾ ਬਈ ਤੁਹਾਡੀ ਪ੍ਰੋਫਾਈਲ ਕੀ ਆ, ਤੁਸੀਂ ਇੰਡੀਆ ਤੋਂ ਕੀ ਕੁਆਲੀਫਿਕੇਸ਼ਨ ਆ, ਤੁਹਾਡੀ ਕੀ ਪੜ੍ਹ ਕੇ ਆਏ ਆ, ਇੱਥੇ ਤੁਸੀਂ ਕੀ ਪੜ੍ਹਿਆ, ਜਿੰਨਾ ਟਾਈਮ ਤੁਸੀਂ ਸਟੂਡੈਂਟ ਸੀਗੇ ਤੁਸੀਂ ਕੀ ਕੰਮ ਕਰਿਆ, ਸਾਰੀ ਆਪਣਾ ਜੇ ਹੁੰਦਾ ਪ੍ਰੋਫਾਈਲ ਦਾ ਉਹਨੂੰ ਇਕੱਠੀ ਕਰੋ, ਚੈੱਕ ਕਰੋ ਅਤੇ ਦੇਖੋ ਸਾਡੇ ਕੋਲ PR ਦੀਆਂ ਆਪਸ਼ਨਸ ਕੀ ਨੇ। ਅਸੀਂ ਜਿਹੜੀ ਪ੍ਰੋਵਿੰਸ 'ਚ ਹੈਗੇ ਹਾਂ ਇੱਥੇ PR ਹੋ ਸਕਦੇ ਹਾਂ। CRS ਸਕੋਰ ਕੈਲਕੂਲੇਟ ਕਰੋ, ਆਪ ਕਰ ਲਓ, ਕੈਨੇਡਾ ਦੀਆਂ ਆਪਣੀ ਅਫੀਸ਼ੀਅਲ ਵੈਬਸਾਈਟ ਆ, ਗੂਗਲ 'ਤੇ ਭਰੋਗੇ CRS ਸਕੋਰ ਕੈਲਕੂਲੇਟ ਹੋ ਜਾਂਦਾ, ਕੋਈ ਔਖਾ ਨਹੀਂ। ਤਾਂ ਦੇਖੋ ਅਗਰ ਮੂਵ ਕਰਨਾ ਤਾਂ ਕਿਸ ਪ੍ਰੋਵਿੰਸ 'ਚ ਇਸ ਟਾਈਮ ਜਾ ਕੇ ਫਾਇਦਾ,
ਕਿਉਂਕਿ ਕਈ ਪ੍ਰੋਵਿੰਸਾਂ ਨੇ ਹੁਣ ਪੀ ਆਰ ਥੋੜ੍ਹੀ ਔਖੀ ਕਰਤੀ ਆ। ਮਤਲਬ ਇਹ ਨਹੀਂ ਹੁੰਦਾ ਤੁਹਾਡੇ ਲਈ ਹੋਈ ਆ, ਤੁਹਾਡੀ ਪ੍ਰੋਫਾਈਲ ਦੇ ਅਕੋਰਡਿੰਗਲੀ ਤੁਹਾਡੀ ਪੀ ਆਰ ਦੀ ਫਾਈਲ ਨੇ ਲੱਗਣਾ। ਹਾਂ, ਤੁਸੀਂ ਆਪਣਾ ਆਪ ਦੇਖ ਲਿਆ, ਤੁਹਾਨੂੰ ਪਤਾ ਲੱਗ ਜੂਗਾ ਤੁਹਾਡੀ ਪੀ ਆਰ ਕਿਵੇਂ ਹੋਣੀ ਆ। ਇਸ ਤੋਂ ਬਾਅਦ ਅਗਰ ਤੁਹਾਨੂੰ ਕੋਈ ਡਾਊਟ ਆ, ਤੁਸੀਂ ਕਿਸੇ ਵਧੀਆ ਲੋਇਰ ਨਾਲ ਕੰਸਲਟ ਕਰੋ। ਇੱਥੇ ਆ ਕੇ ਤੁਸੀਂ ਟਿਕਟੋਕ ਚਲਾਉਂਦੇ ਆ ਤਾਂ ਟਿਕਟੋਕ ਪਰ ਬਹੁਤ ਇੱਥੇ ਤਕੜੇ ਤਕੜੇ ਲੋਇਰ ਜਿਹੜੇ ਆਪਣੇ ਆਪ ਨੂੰ ਕਹਿੰਦੇ ਆ ਬੈਠੇ ਆ, ਤਾਂ ਉਹਨਾਂ ਦੀ ਯਕੀਨ ਕਰਨ ਤੋਂ ਇਲਾਵਾ ਕੋਈ ਆਪ ਦੇਖੋ ਵਧੀਆ ਲੋਇਰ ਜਿਹੜਾ ਤੁਹਾਨੂੰ ਲੱਗੇ, ਹੈ ਨਾ। ਵਧੀਆ ਸਰਚ ਕਰੋ, ਚੰਗੀ ਤਰ੍ਹਾਂ ਐਕਸਪਲੋਰ ਕਰੋ, ਜਿਹੜਾ ਤੁਹਾਨੂੰ ਵਧੀਆ ਲੱਗੇ, ਠੀਕ ਠਾਕ ਲੱਗੇ, ਅਥੈਂਟਿਕ ਲੱਗੇ, ਉਹਦੇ 'ਤੇ ਇੱਕ ਨਹੀਂ ਦੋ ਨਹੀਂ ਤਿੰਨ ਲੋਇਰਾਂ ਨਾਲ ਆਪਣੀ ਫਾਈਲ ਦੀ ਡਿਸਕਸ਼ਨ ਕਰੋ। ਅਤੇ ਜੋ ਤੁਹਾਡੇ ਪੀ ਆਰ ਦੇ ਚਾਂਸ ਹੈਗੇ ਨੇ, ਆਪਣੇ ਪੀ ਆਰ ਤੁਹਾਡੀ ਜਿਸ ਪ੍ਰੋਵਿੰਸ 'ਚ ਬਣਦੀ ਆ ਜਾਂ ਜਿਸ ਪ੍ਰੋਵਿੰਸ 'ਚ ਤੁਸੀਂ ਹੈਗੇ ਹੋ, ਜਾਂ ਤੁਹਾਨੂੰ ਪੀ ਆਰ ਲਈ ਕਿਸ ਕੰਮ ਦੀ ਲੋੜ ਆ, ਤੁਸੀਂ ਕੀ ਕਰਨਾ ਉਹ ਕਰੋ, ਠੀਕ ਹੈ। ਆਪਣੀ ਪੀ ਆਰ ਦਾ ਰਸਤਾ ਸੋਚੋ, ਕਿਉਂਕਿ ਪੀ ਆਰ ਅੱਜ ਦੇ ਟਾਈਮ 'ਚ ਮੈਂ ਇਹਦੇ 'ਚ ਇਹ ਕਹੂੰਗਾ, ਵਰਕ ਪਰਮਿਟ 'ਤੇ ਹੋ ਕੇ, ਚਲੋ ਕਈ ਬੱਚੇ ਇਸ ਗੱਲ ਨੂੰ ਇਗਨੋਰ ਕਰ ਦਿੰਦੇ ਆ ਵੀ ਆਪਾਂ ਸਾਲ 6 ਮਹੀਨੇ ਜਿੱਥੇ ਹੈਗੇ ਹਾਂ ਆਪਣੇ ਕੰਫਰਟ ਜ਼ੋਨ 'ਚ ਹੀ ਬੈਠੇ ਰਹਿੰਦੇ ਨੇ, ਵਧੀਆ ਹੈ ਨਾ, ਪੈਸੇ ਅਰਨ ਕਰੀ ਜਾਂਦੇ ਨੇ ਕਿਉਂਕਿ ਉਹਨਾਂ ਦੀ ਜੋਬ ਲੱਗੀ ਹੋਈ ਹੁੰਦੀ ਆ। ਇਹ ਗਲਤੀ ਅੱਜ ਦੇ ਟਾਈਮ 'ਚ ਨਾ ਕਰਿਓ, ਜਿੰਨੀ ਛੇਤੀ ਹੋ ਸਕੇ ਤੁਸੀਂ ਵਰਕ ਪਰਮਿਟ ਅਪਲਾਈ ਕੀਤਾ, ਲੋਇਰ ਨਾਲ ਕੰਸਲਟ ਕਰੋ, ਆਪ ਆਪਣੀ ਪੀ ਆਰ ਦਾ ਚੈੱਕ ਕਰੋ, ਆਪਣੀ ਫਾਈਲ ਨੂੰ ਆਪ ਬਣਾਉਣ ਲੱਗ ਜਾਓ। ਪੀ ਆਰ ਦੀ ਫਾਈਲ ਲਈ ਕਿਹੜੇ ਕਿਹੜੇ ਡਾਕੂਮੈਂਟ ਚਾਹੀਦੇ ਆ ਇਹ ਤੁਹਾਨੂੰ ਆਪ ਪਤਾ ਹੋਣਾ ਚਾਹੀਦਾ, ਕੋਈ ਬਹੁਤ ਔਖਾ ਕੰਮ ਨਹੀਂ। ਪੀ ਆਰ ਅਪਲਾਈ ਕਰਨ ਲਈ ਤਾਂ ਕੰਸਲਟੈਂਟ ਬਹੁਤ ਜ਼ਿਆਦਾ ਫੀਸ ਚਾਰਜ ਕਰ ਲੈਂਦੇ ਆ, ਠੀਕ ਆ ਨਾ। ਇਹ ਸਾਰਾ ਕੰਮ ਤੁਸੀਂ ਆਪ ਵੀ ਕਰ ਸਕਦੇ ਆ, ਤਾਂ ਚੈੱਕ ਕਰੋ ਪੀ ਆਰ ਦੇ ਆਪਸ਼ਨਸ ਤੁਹਾਡੇ ਕੋਲ ਕੀ ਨੇ, ਉਸ ਅਕੋਰਡਿੰਗਲੀ ਆਪਣਾ ਅੱਗੇ ਦਾ ਪਲੈਨ ਕਰੋ, ਕਿਉਂਕਿ ਜਦੋਂ ਮੂਵ ਕਰਨਾ ਆਪਣੀ ਉਨੀ ਸੇਵਿੰਗ ਵੀ ਤੁਹਾਡੇ ਕੋਲ ਹੋਣੀ ਚਾਹੀਦੀ ਆ। ਮੂਵ ਕਰਨਾ, ਫਲਾਈ ਕਰੋਗੇ, ਪਲੇਨ ਟਿਕਟ ਵੀ ਲੱਗਣੀ ਆ, ਅਤੇ ਬੈਗ ਜਿੰਨੇ ਵੱਧ ਗਏ ਲਗੇ, ਜਿੰਨਾ ਵੱਧ ਗਿਆ ਉਹਦੇ ਅਲੱਗ ਤੋਂ ਪੈਸੇ ਲੱਗਣੇ ਆ। ਨਵੀਂ ਜਗ੍ਹਾ ਘਰ ਦੇਖਣਾ, ਉਹ ਇੱਕ ਦੋ ਮਹੀਨੇ ਜਿੱਥੇ ਮੂਵ ਕਰਨਾ ਪਹਿਲਾਂ ਦੇਖਣਾ ਸ਼ੁਰੂ ਕਰ ਦਿਉ, ਕਿਉਂਕਿ ਮੈਨੂੰ ਲੱਗਦਾ ਨਹੀਂ ਇੱਕ ਮਹੀਨੇ 'ਚ ਤੁਹਾਨੂੰ ਕਿਤੇ ਇੰਨੀ ਛੇਤੀ ਅੱਜ ਦੇ ਟਾਈਮ 'ਚ ਘਰ ਮਿਲ ਜਾਂਦਾ। ਤਾਂ ਜਿਸ ਪ੍ਰੋਵਿੰਸ 'ਚ ਜਿੱਥੇ ਮੂਵ ਕਰਨਾ, ਕਿਹੜਾ ਕੰਮ ਕਰਨਾ, ਆਪਣੀ ਜੋਬ ਵੀ ਔਨਲਾਈਨ ਲੱਭਣੀ ਸ਼ੁਰੂ ਕਰ ਦਿਉ। ਇੰਟਰਨੈਟ 'ਤੇ ਸਾਰਾ ਕੁਛ ਆ, ਹਰੇਕ ਸ਼ਹਿਰ 'ਚ ਜਿੱਥੇ ਜਾਣਾ ਸਪੈਸੀਫਿਕਲੀ ਚੈੱਕ ਕਰੋਗੇ ਪਤਾ ਲੱਗ ਜੂਗਾ। ਇੰਨਾ ਕੁ ਕੰਮ ਆਪ ਕਰਿਆ ਕਰੋ। ਤੁਸੀਂ ਕੈਨੇਡਾ 'ਚ ਆਲਰੇਡੀ 2 ਸਾਲ ਪੜ੍ਹ ਚੁੱਕੇ ਹੁੰਦੇ ਆ, ਤਾਂ ਪ੍ਰੋਫੈਸਰ ਇੰਨੀਆਂ ਗੱਲਾਂ ਸਿਖਾ ਦਿੰਦੇ ਆ। ਅਤੇ ਇੱਕ ਗੱਲ ਹੋਰ, ਲਿੰਕਡਇਨ 'ਤੇ ਆਪਣਾ ਅਕਾਊਂਟ ਜ਼ਰੂਰ ਬਣਾਇਆ ਕਰੋ। ਉੱਥੇ ਤੁਹਾਨੂੰ ਬਹੁਤ ਜੋਬਸ ਦਾ ਪਤਾ ਲੱਗਦਾ ਕੀ ਸਿਨੈਰੀਓ ਚੱਲਦਾ। ਆਪਣੀ ਵਧੀਆ ਜੀ ਇੱਕ ਪ੍ਰੋਫਾਈਲ ਉੱਥੇ ਕ੍ਰੀਏਟ ਕਰੋ, ਜੋ ਐਕਸਪੀਰੀਅੰਸ ਆ ਉੱਥੇ ਅਪਡੇਟ ਕਰਦੇ ਆ ਰਿਹਾ ਕਰੋ। ਇੱਕ ਬਹੁਤ ਵਧੀਆ ਚੀਜ਼ ਆ ਲਿੰਕਡਇਨ, ਸੋ ਮੈਂ ਪ੍ਰੈਫਰ ਕਰੂੰਗਾ ਜ਼ਰੂਰ ਇਹਦੇ 'ਤੇ ਆਪਣਾ ਅਕਾਊਂਟ ਬਣਾਓ, ਅਤੇ ਪੀ ਆਰ ਲਈ ਜਿੰਨੀ ਛੇਤੀ ਤੁਸੀਂ ਹੋ ਸਕਦੇ ਆ ਐਕਸਪਲੋਰ ਕਰਨਾ ਸ਼ੁਰੂ ਕਰ ਦਿਉ। ਸੋ ਇਹ 5-6 ਗੱਲਾਂ ਇੰਪੋਰਟੈਂਟ ਸੀਗੀਆਂ ਜਦੋਂ ਤੁਸੀਂ ਵਰਕ ਪਰਮਿਟ 'ਤੇ ਆ ਜਾਣੇ, ਜਿਹੜੇ ਇੰਪੋਰਟੈਂਟ ਕੰਮ ਕਰਨੇ ਆ। ਤਾਂ ਇੱਕ ਕੰਮ ਹੋਰ ਐਂਡ 'ਚ, ਅਗਰ ਇੰਡੀਆ ਗੇੜਾ ਮਾਰਨਾ, ਤੁਹਾਡਾ ਫਾਈਨੈਂਸ਼ੀਅਲ ਤੁਹਾਨੂੰ ਅਲਾਓ ਕਰਦਾ, ਇੰਡੀਆ ਤੁਸੀਂ ਗੇੜਾ ਮਾਰ ਸਕਦੇ ਆ ਜਦੋਂ ਤੁਹਾਡੀ ਪੜ੍ਹਾਈ ਪੂਰੀ ਹੋ ਜਾਂਦੀ ਆ। ਸੋ ਆਹ ਵੀਡੀਓ ਜ਼ਰੂਰ ਸ਼ੇਅਰ ਕਰਿਓ, ਹੈ ਨਾ, ਵਧੀਆ ਲੱਗੂਗੀ, ਆਈ ਹੋਪ ਤੁਹਾਨੂੰ ਵਧੀਆ ਪਸੰਦ ਆਇਆ ਹੋਊਗਾ ਇਹ ਬਲੌਗ। ਅਤੇ ਲੋਕੇਸ਼ਨ ਅੱਜ ਮੈਂ ਬਹੁਤ ਸੋਹਣੀ 'ਤੇ ਆਇਆ ਹੋਇਆ। ਸੋ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ, ਕਮੈਂਟ ਕਰ ਦਿਓ ਅਗਰ ਕਿਸੇ ਨੇ ਕੁਛ ਪੁੱਛਣਾ ਹੋਇਆ, ਕੋਈ ਇਮੀਗ੍ਰੇਸ਼ਨ ਦੀ ਸਲਾਹ ਲੈਣੀ ਹੋਈ, ਕਿਉਂਕਿ ਮੈਂ ਇਮੀਗ੍ਰੇਸ਼ਨ ਦਾ ਕੰਮ ਵੀ ਕਰਦਾ। ਸੋ ਕਿਸੇ ਨੂੰ ਪਤਾ ਨਹੀਂ ਬਟ ਮੈਂ ਆਪਣਾ ਕੰਮ ਆਪ ਹੀ ਕਰਦਾ ਉਸਤਾਦ ਜੀ ਤੋਂ ਸਲਾਹ ਲੈ ਕੇ। ਸੋ ਓਕੇ, ਸ਼ੇਅਰ ਕਰ ਦਿਓ ਬਲੌਗ, ਵਧੀਆ ਲੱਗਿਆ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਥੈਂਕ ਯੂ।